ਤੁਸੀਂ ਕਹੋ। ਕਿਸਾਨ ਭਰਾਵੋ, ਅੱਜ ਮੈਂ ਔਰ ਮੇਰਾ ਬੇਟਾ ਚਾਨੀ ਐਗਰੋ ਇੰਡਸਟਰੀ 'ਤੇ ਆਪਣੇ ਕਿਸੇ ਹੋਰ ਕੰਮ ਆਏ ਸੀ ਅਤੇ ਚਾਨੀ ਸਾਹਿਬ ਸਾਨੂੰ ਆਪਣਾ ਖੇਤ ਲਿਆਉਣ ਦਿਖਾਉਣ ਵਾਸਤੇ ਲੈ ਕੇ ਆਏ ਆ, ਜਿਹੜੇ ਕਿ ਇਹਨਾਂ ਨੇ ਬਿਨਾਂ ਵਾਹੀ ਅਤੇ ਬਿਨਾਂ ਪਾਣੀ ਦੇ ਬਿਨਾਂ ਹਲਾਂ ਦੇ ਇਹਨਾਂ ਨੇ ਕਣਕ ਬੀਜੀ ਹੈ ਔਰ ਝੋਨਾ ਵੱਢ ਕੇ ਜਦੋਂ ਕੰਬਾਈਨ ਚੱਲੀ ਗਈ ਬਿਨਾਂ SMS 'ਤੇ, ਉਦੋਂ ਬਾਅਦ ਇਹਨਾਂ ਨੇ ਸ਼ਰਡਰ ਕੰਮ ਸੀਡਰ ਨਾਲ ਇੱਕੋ ਹੀ ਵਾਰੀ 'ਚ ਕਣਕ ਬੀਜੀ ਹੈ ਔਰ ਉਦੋਂ ਬਾਅਦ ਪਾਣੀ ਲਾਇਆ ਅਤੇ ਅੱਜ ਤੁਸੀਂ ਦੇਖੋਗੇ ਕਿੱਡੀ ਵਧੀਆ ਕਣਕ 7 ਦਿਨਾਂ ਬਾਅਦ ਉੱਗ ਕੇ ਆਈ ਬਾਹਰ। ਮੈਂ ਵੀ ਬਹੁਤ ਸਾਲ ਖੇਤੀ ਕੀਤੀ ਹੈ, ਲੇਕਿਨ ਮੈਂ ਅੱਜ ਤੱਕ ਇਹੋ ਜਿਹਾ ਉਪਰਾਲਾ ਮੈਂ ਨਹੀਂ ਦੇਖਿਆ ਕਈ ਜ਼ਿੰਦਗੀ 'ਚ ਕਿ ਕਿਸੇ ਨੇ ਬਿਲਕੁਲ ਬਿਨਾਂ ਕਿਸੇ ਯਤਨ ਦੇ ਸਿੱਧਾ ਸ਼ਰਡਰ ਅਤੇ ਸੀਡਰ ਨਾਲ ਸਿੱਧੀ ਕਣਕ ਬੀਜ ਕੇ ਇੰਨੀ ਵਧੀਆ ਫਸਲ ਖੜੀ ਕਰ ਲਈ ਹੈ ਔਰ ਮੈਨੂੰ ਉਮੀਦ ਹੈ ਕਿ ਇਹਦਾ ਝਾੜ ਬਾਕੀ ਫਸਲਾਂ ਨਾਲੋਂ ਜ਼ਿਆਦਾ ਹੋਏਗਾ ਕਿਉਂਕਿ ਇਹਦੇ 'ਚ ਪਰਾਲੀ ਜਿਹੜੀ ਹੈ ਝੋਨੇ ਦੀ ਪਰਾਲੀ ਉੱਦਾਂ ਦੀ ਉੱਦਾਂ ਹੀ ਪਈ ਹੈ ਜਿਹਨੇ ਕਿ ਅੱਗੇ ਜਾ ਕੇ ਗਲ ਕੇ ਰੇਹ ਦਾ ਕੰਮ ਕਰਨਾ। ਜ਼ਿਆਦਾ ਜਾਣਕਾਰੀ ਦੀ ਤੁਸੀਂ ਚਾਨੀ ਸਾਹਿਬ ਨਾਲ ਗੱਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਭਰਾਵਾਂ ਲਈ ਅਸੀਂ ਚਾਨੀ ਐਗਰੋ ਇੰਡਸਟਰੀ 2008-09 ਤੋਂ ਸ਼ੁਰੂ ਕੀਤਾ ਹੈ ਕੰਮ। 2012 'ਚ ਚੋਪਰ ਸਰੈਡਰ ਆਜ਼ਾਦ ਕੀਤਾ ਸੀ ਤਾਂ ਮੈਂ ਉਸ ਟਾਈਮ ਜ਼ਰੂਰ ਕਿਸਾਨਾਂ ਨੂੰ ਦਿੱਤੇ, ਪਰ ਮੈਨੂੰ